ऐ अल्लाह, हम तेरी ही इबादत करते हैं और तुझी से मदद मांगते हैं। आवाज की दुनिया के दोस्तों, अस्सलाम वालेकुम। मेरा एनिमल टीवी ते खुश आमदीन। मैं तुहाडा मेज़बान मोहम्मद अफजल ते तुसी वेखदे पए हो मेरा एनिमल टीवी। मेरा एनिमल टीवी लाइक करो, सब्सक्राइब करो, शुक्रिया। ते नाल ही लगे बेल आइकन दे बटन दबाओ ता कि मेरी हर नवी आने वाली लेटेस्ट वीडियो दोस्तों मेरे तक सब तो पहले पहुंचे। जनाब मेरी दुआ है, मेरे दोस्त भी, मेरे सब्सक्राइबर और मेरे एनिमल टीवी दे नाल प्यार करने वाले जिथे भी वस रहे ने, खुश वस रहे ने, अल्लाह तला देरियांत नाजल हो रही ने। जनाब अच दोस्तों वीर की खिदमत चोलस्तानी क्रास वैडी लैके हाजिर होया। मोटे का जानवर है, गरीबा की हट्टी का जानवर है, साफ सुथरा, सुचा तो खरा। जिस तरह ताडा वीर मोटा, साफ तो सुचा तो खरा है, इस तरह ही जानवर भी इंदा सुचा तो खरा ही है। अज का चोलस्तानी क्रास है पहला बार, ਪਹਿਲਾ ਵਾਰਾ ਸੂਈ ਹੈ ਜਨਾਬ। ਮੂੰਹ ਚਾਰ ਦਿਨ, ਹਾਂਜੀ ਮੂੰਹ ਛੇਕਾ ਦੇ ਕੱਢ ਦਿੱਤੀ ਹੈ ਤੇ ਚਾਰ ਦਿਨ ਪੂਰੀ, ਚਾਰ ਦਿਨ ਛੇਕਾ ਦੇ ਨਹੀਂ ਪੂਰੇ ਨਹੀਂ ਕੀਤੇ। ਅੱਛਾ ਸਹੀ ਹੋ ਗਿਆ, ਮੂੰਹ ਚਾਰ ਦਿਨ ਦੀ ਕਵਾਂਗੇ। ਛੇਕ ਵਾਲੇ ਪਾਸੇ ਜਾ ਰਹੀ ਹੈ, ਪਹਿਲਣ ਬੈੜੀ ਤੇ ਤਾਜ਼ਾ ਸੂਈਏ। ਰਾਤ 12 ਵਜੇ ਸੂਈਏ, ਇਸੇ ਤਰ੍ਹਾਂ ਹੀ ਰਾਤ 12 ਵਜੇ ਸੂਈਏ, ਜੇਰ ਪਾ ਲਈਏ, ਜੇਰ ਦੀ ਕਰਾਵਾਂਗੇ ਤਸੱਲੀ। ਬਾਕੀ ਜਨਾਬ ਇੱਕ ਹੋਰ ਮਜ਼ੇਦਾਰ ਗੱਲ ਹੈ, ਬੜੀ ਚੰਗੀ ਗੱਲ ਹੈ ਵੇ, ਕਿ ਦਿੱਤੀ ਵੀ ਵੱਛੀ ਹੈ, ਇੱਕ ਦੀਆਂ ਦੋ ਗਾਵਾਂ ਗਾਏ, ਆਪ ਵੀ ਵੱਛੀ, ਦਿੱਤੀ ਵੀ ਵੱਛੀ ਹੈ, ਮਾਸ਼ਾਅੱਲਾ ਰੰਗ ਬੜੇ ਪਿਆਰੇ ਦੇ ਵਿੱਚ। ਬਾਕੀ ਦੋਸਤਾਂ ਵੀਰਾਂ ਨੂੰ ਪਤਾ ਹੈ ਜਨਾਬ ਮੇਰਾ ਐਨੀਮਲ ਟੀਵੀ ਦਾ ਇੱਕ ਨਾਰਾ ਹੈ, ਮਿਸ਼ਨ ਹੈ, ਘਰ ਦਾ ਦੁੱਧ ਘਰ ਦੀ ਚਾਹ, ਲਾ ਫੈਂਟਾ ਤੇ ਪੀ ਚਾਹ। ਇਸ ਮਿਸ਼ਨ ਤੇ ਮੇਰਾ ਐਨੀਮਲ ਟੀਵੀ ਦਾ ਕਾਫਲਾ ਰਵਾਂਦਾ। ਮੈਂ ਮੋਟਾ ਜੀ ਕਹਿ ਰਿਹਾ ਸੀ ਰਾਤ ਨੂੰ ਚੋਲ ਹੀ ਸੀ, ਜੇਰ ਪਾਉਣ ਤੋਂ ਬਾਅਦ 3 ਕੁ ਵਜੇ ਚੋਈ, ਹਾਂਜੀ 3 ਵਜੇ ਚੋਈ, 3 ਵਜੇ ਮੁਕੰਮਲ ਚੋਈ ਕਰ ਲਈ ਸੀ, ਮੁਕੰਮਲ ਚੋਈ 3 ਵਜੇ ਮੁਕੰਮਲ ਚੋਈ ਕਰ ਲਈ ਸੀ। ਗਾਏ ਨੂੰ ਉਠਾਓ ਜੀ, 3 ਵਜੇ ਮੁਕੰਮਲ ਚੋਈ ਹੋ ਗਈ ਸੀ। ਹੁਣ ਦੋਸਤਾਂ ਵੀਰਾਂ ਨੂੰ ਥਰਡ ਪਾਸ ਕਰਾਵਾਂਗੇ, ਜੇਰ ਦਿਖਾਵਾਂਗੇ ਤੇ ਨਾਲ ਨਾਲ ਗੱਲਾਂ ਸ਼ੇਅਰ ਕਰਾਂਗੇ। ਬਾਕੀ ਦੋਸਤਾਂ ਵੀਰਾਂ ਨੂੰ ਗਾਏ ਦਿਖਾਉਂਦੇ ਹਾਂ, ਉਠਾਓ ਜੀ ਗਾਏ, ਦਿਖਾਓ ਜੀ ਗਾਏ। ਲਓ ਜੀ ਦੋਸਤੋ, ਗਾਏ ਆ ਗਈ ਦੋਸਤਾਂ ਵੀਰਾਂ ਦੇ ਸਾਹਮਣੇ, ਵੱਛੀ ਵੀ ਸਾਹਮਣੇ, ਗਾਏ ਵੀ ਸਾਹਮਣੇ, ਇੱਕ ਦੀਆਂ ਦੋ ਗਾਵਾਂ, ਵੱਛੀ ਦਿੱਤੀ ਹੈ ਮਾਸ਼ਾਅੱਲਾ, ਗਾਏ ਖੁਦ ਵੀ ਵੱਛੀ ਹੈ, ਪਹਿਲਾ ਵਾਰਾ ਸੂਈਏ, ਮੂੰਹੋਂ ਚਾਰ ਦੰਦ ਪੂਰੇ, ਛਿੱਕ ਵਾਲੇ ਪਾਸੇ ਜਾ ਰਹੀ ਹੈ, ਪਹਿਲਾ ਵਾਰਾ ਸੂਈਏ ਮਾਸ਼ਾਅੱਲਾ। ਅਤੇ ਹੁਣ ਜਨਾਬ ਦੋਸਤ ਵੀਰ ਵੇਖ ਲੈਣ, ਰੰਗ ਬੜਾ ਨਵਾਬੀ, ਲਾਖਾ ਰੰਗ, ਸੋਹਣੇ ਰੰਗ ਦੇ ਵਿੱਚ, ਅਤੇ ਕੱਦ ਪੁੱਤ ਵੈੜੀ ਦੇ ਕੋਲੇ ਬੜਾ ਸੋਹਣਾ ਖੂਬਸੂਰਤ ਜਿਸਮ ਬਹਿੰਦੀ ਪਈ, ਫਿਰ ਉਠਾਓ ਮਾਸ਼ਾਅੱਲਾ। ਇਹਨੂੰ ਕਹੋ ਤੇਰੇ ਫੋਟੋ ਬਣਦੇ ਪਏ ਨੇ, ਬਹਿ ਨਾ ਕਰਮਾ ਲਈਏ, ਗਾਵਾਂ ਵਿੱਚ ਫਿਰ ਬਹਿੰਦਾ। ਹਾਂ ਮਾਸ਼ਾਅੱਲਾ, ਦੋਸਤਾਂ ਦੇ ਸਾਹਮਣੇ ਕੱਦ ਚੰਗਾ, ਹੁਸਨ ਚੰਗਾ, ਬੁੱਤ ਸੋਹਣਾ ਮਾਸ਼ਾਅੱਲਾ, ਔਰ ਹਾਈਟ ਬੜੀ ਗਾਂ ਦੀ, ਵੇਲ ਸ਼ੇਲ ਚੰਗੀ ਮਾਸ਼ਾਅੱਲਾ, ਖੂਨ ਪਿੱਤ ਬੈਡ ਦੇ ਉੱਤੇ ਪੂਰਾ। ਔਰ ਦੋਸਤ ਵੀਰ ਵੇਖ ਲੈਣ, ਚੋਲਸਤਾਨੀ ਕ੍ਰਾਸ ਦੇ ਵਿੱਚ ਚੋਲਸਤਾਨੀ ਝਾਲਰ ਵੀ, ਔਰ ਜਨਾਬ ਜਿਹੜਾ ਸਿੰਘ ਨਜ਼ਰ ਆ ਰਿਹਾ, ਜਿੱਡਾ ਵੈੜੀ ਦੇ ਕੋਲੇ ਜਿਸਮ ਹੈ, ਲਬਾਸ ਹਵਾਨਾ ਹੈ, ਸਿੰਘ ਬੜਾ ਸੋਹਣਾ ਲੱਗਦਾ ਪਿਆ। ਬਾਕੀ ਵੱਛੀ ਹੈ ਪਿੱਛੇ ਛੱਡ ਕੇ ਟੋਰੋ ਜੀ, ਲਬਾਸ ਹਵਾਨਾ ਵੀ ਦਿਖਾਵਾਂਗੇ ਦੋਸਤਾਂ ਵੀਰਾਂ ਨੂੰ, ਇੱਕ ਇੱਕ ਗੱਲ ਦੀ ਤਸੱਲੀ ਕਰਵਾਵਾਂਗੇ ਮਾਸ਼ਾਅੱਲਾ। ਵੱਛੀ ਲੈ ਚੱਲੋਗੇ ਤੇ ਆਸਾਨੀ ਨਾਲ ਜਾਏਗੀ, ਵੱਛੀ ਲੈ ਕੇ ਚੱਲੋ। ਪਹਿਲਣ ਵੈੜੀ, ਪਹਿਲਾ ਵਾਰਾ ਸੂਈਏ, ਚੋਲਸਤਾਨੀ ਕ੍ਰਾਸ ਮਾਸ਼ਾਅੱਲਾ। ਔਰ ਵੱਛੀ ਬੜੀ ਕੀਮਤੀ ਹੈ ਪਿੱਛੇ, ਬੜੀ ਨਵਾਬ ਵੱਛੀ ਦਿੱਤੀ ਹੈ ਮਾਸ਼ਾਅੱਲਾ। ਐ ਜਨਾਬ ਟੋਰਾਂ ਚਾਲ ਡਾਲ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ। ਔਰ ਆਰਡਰ ਕੁਆਲਿਟੀ ਵੀ ਦਿਖਾਵਾਂਗੇ ਦੋਸਤਾਂ ਵੀਰਾਂ ਨੂੰ, ਆਰਡਰ ਕੁਆਲਿਟੀ, ਕਿਉਂਕਿ ਰਾਤ 3 ਵਜੇ ਚੁੱਪ ਗਈ ਸੀ, ਹੁਣ ਜਨਾਬ 7 ਦਾ ਟਾਈਮ ਹੈ ਜਾਂ 7:15 ਦਾ, ਹਾਜ਼ਰ ਮੌਕੇ
ਕਿੰਨਾ ਆਰਡਰ ਕੁਆਲਿਟੀ ਹੈ ਔਰ ਕਿੰਨਾ ਦੁੱਧ ਹੈ। ਸਿਰਫ ਚੁਆਈ ਨਹੀਂ ਕਰਾਵਾਂਗੇ, ਥਣ ਪਾਸ ਕਰਾਵਾਂਗੇ। ਮਾਸ਼ਾਅੱਲਾ, ਲਿਓ ਜੀ ਵਾਪਸ ਲਿਓ, ਥਣ ਪਾਸ ਕਰਾਵਾਂਗੇ ਕਿਉਂਕਿ ਚੁਆਈ ਹੋ ਚੁੱਕੀ ਹੈ ਤਕਰੀਬਨ 4-5 ਘੰਟੇ ਪਹਿਲੇ, 4 ਕੁ ਘੰਟੇ। ਅਤੇ ਹੁਣ ਜਨਾਬ ਤਸੱਲੀਆਂ ਕਰਵਾਉਣੀਆਂ ਨੇ ਥਣਾਂ ਦੀਆਂ ਕਿ ਥਣ ਪਾਸ ਨੇ, ਓਕੇ ਨੇ। ਬਾਕੀ ਗਰੰਟੀਆਂ ਵਾਰੰਟੀਆਂ ਮੇਰਾ ਐਨੀਮਲ ਟੀ ਵੀ 'ਤੇ ਹੁੰਦੀਆਂ ਰਹਿਣਗੀਆਂ, ਹੁੰਦੀਆਂ ਰਹਿੰਦੀਆਂ ਨੇ। ਚਾਲ ਡਾਲ ਦੋਸਤਾਂ ਵੀਰਾਂ ਨੇ ਚੈੱਕ ਕਰ ਲਈਏ। ਪਹਿਲਣ ਵੈੜੀ ਅਸੀਲ ਸ਼ਰਾਫ ਜਨਾਬ, ਇਹ ਦੋਸਤ ਵੀਰ ਵੇਖ ਲੈਣ ਪਿੱਛੇ ਵੱਛੀ, ਵੱਛੀ ਬੜੀ ਕੀਮਤੀ ਜਨਾਬ, ਮਾਸ਼ਾਅੱਲਾ। ਵੱਛੀ ਚੋਲਸਤਾਨੀ ਫਰੀਜ਼ਨ ਕ੍ਰਾਸ ਦੇ ਵਿੱਚ ਇੱਕ ਰੰਗ ਦੇ ਵਿੱਚ, ਪੂਸ਼ਲ ਦਾ ਸਿੱਟਾ ਸਿਰਫ ਸਫੈਦ ਹੈ, ਬਾਕੀ ਮਾਸ਼ਾਅੱਲਾ ਸਾਰੀ ਕਾਲੀ ਵੱਛੀ ਹੈ, ਮਾਸ਼ਾਅੱਲਾ। ਹੁਣ ਦੱਸੋ ਮੋਟਾ ਜੀ ਕੀ ਕਰ ਰਿਹਾ ਸੀ? ਕੰਨ ਦੇਖੋ, ਮਾਸ਼ਾਅੱਲਾ ਜੀ, 3 ਉਂਗਲ ਦਾ ਕੰਨ, ਬੂਤੀ ਸੋਹਣੀ, ਅੱਖ ਮੋਟੀ ਵੈੜੀ ਦੀ, ਸੋਰੀ ਵੱਛੀ ਦੀ, ਅੱਖ ਮੋਟੀ, ਕੰਡ ਦੀ ਪੱਧਰ, ਬੜਾ ਲਾਜਵਾਬ ਅੱਜ ਦਾ ਪੀਸ ਹੈ, ਕਾਲਾ ਥਣ ਵੱਛੀ ਦਾ, ਕਿਆ ਬਾਤ ਹੈ, ਕਿਆ ਬਾਤ ਹੈ, ਮਾਸ਼ਾਅੱਲਾ। ਇੱਕ ਦੀਆਂ ਦੋ ਗਾਵਾਂ ਅੱਜ ਦਾ ਤੋਹਫਾ, ਅੱਲਾ ਦੇ ਫਜ਼ਲ ਦੇ ਨਾਲ ਜਿਹੜੇ ਦੋਸਤ ਵੀਰ ਲੈਣਗੇ, ਜਿਹੜਾ ਦੋਸਤ ਵੀਰ ਲਏਗਾ ਯਾਦ ਰੱਖੇਗਾ, ਜੇਰ ਦਿਖਾ ਦਿੰਦੇ ਹਾਂ ਦੋਸਤਾਂ ਵੀਰਾਂ ਨੂੰ, ਜੇਰ ਪਾ ਲਈਏ, ਜੇਰ ਮੁਕੰਮਲ ਡਿਲੀਵਰੀ ਹੋ ਚੁੱਕੀ ਹੈ। ਇਹ ਜਨਾਬ ਜੇਰ ਪਈ ਹੈ, ਰਾਤ 12 ਵਜੇ ਸੂਈ ਸੀ, 3 ਵਜੇ ਜੇਰ ਪੈ ਗਈ ਸੀ, 3 ਵਜੇ ਚੁਆਈ ਕਰਕੇ ਮੁਕੰਮਲ ਚੁਆਈ ਕਰ ਲਈ ਸੀ। ਹੁਣ ਦੋਸਤਾਂ ਵੀਰਾਂ ਨੂੰ ਜਨਾਬ ਥਣ ਪਾਸ ਕਰਾਵਾਂਗੇ, ਤਸੱਲੀਆਂ ਕਰਵਾਵਾਂਗੇ। ਇੱਕ ਦੀਆਂ ਦੋ ਗਾਵਾਂ ਪਿੱਛੇ ਵੱਛੀ, ਵੱਛੀ ਮਾਤਰਾ ਚੰਗੀ ਨਸਲ ਜਾਤ ਦੀ, ਜੀ ਜੀ ਨਾੜੂਆ ਦਿਸਦਾ ਪਿਆ, ਕੱਚਾ ਨਾੜੂਆ, ਜੇਰ ਜੀ ਦਿਖਾ ਦਿੱਤੀ ਹੈ, ਮਾਸ਼ਾਅੱਲਾ। ਅੱਜ ਦਾ ਤੋਹਫਾ ਦੋਸਤਾਂ ਵਾਸਤੇ ਨਹਾਇਤ ਮੁਨਾਸਿਬ, ਮੁਨਾਸਿਬ ਮੁੱਲ ਦੇ ਵਿੱਚ ਹੋਏਗਾ, ਕਿਉਂਕਿ ਮੇਰਾ ਐਨੀਮਲ ਟੀ ਵੀ ਮੁੱਲ ਜਿਹੜਾ ਕਰਵਾਉਂਦਾ ਹੈ ਬੜਾ ਹੀ ਨਹਾਇਤ ਮੁਨਾਸਿਬ। ਅਸੀਲ ਬੜੀ ਨਿਕਲੀ ਹੈ। ਅੱਛਾ, ਹਾਂਜੀ, ਅਸੀਲ ਬੜੀ ਨਿਕਲੀ ਹੈ, ਮਾਸ਼ਾਅੱਲਾ। ਮੋਟਾ ਜੀ, ਦੁੱਧ ਇਹਨੂੰ ਦੇਣਾ ਚਾਹੀਦਾ ਪਹਿਲੇ ਸੂਏ ਹੋ ਕੇ 12-13 ਲੀਟਰ ਦੇਵੇਗੀ ਇਨਸ਼ਾਅੱਲਾ। ਕਿਉਂ ਦੇ, ਨਸਲ ਤਾਂ ਚੈੱਕ ਕਰੋ, ਨਸਲ ਤਾਂ ਚੈੱਕ ਕਰੋ। 12 ਕੁ ਲੀਟਰ ਦੇਣਾ ਚਾਹੀਦਾ ਵੈੜੀ ਨੂੰ ਦੁੱਧ। ਤੇ ਤੂੰ ਜਿਹੜਾ ਬੋਲਾ ਕੱਢਿਆ ਸੀ ਰਾਤੀ, ਤਕਰੀਬਨ ਤੂੰ ਦੱਸਦਾ ਪਿਆ 6-7 ਕਿਲੋ ਸੀ? ਹਾਂਜੀ, 6.5-6 ਕਿਲੋ ਹੈਗਾ। 6.5-6 ਕਿਲੋ ਮੋਟਿਆ, ਤੇਰੀਆਂ ਗੱਲਾਂ ਹੀ ਤਾਂ ਮੈਨੂੰ ਖੁਸ਼ ਰੱਖਦੀਆਂ ਨੇ, ਕਿਉਂਕਿ ਜਿਹੜੀ ਗੱਲ ਕਰਨਾ ਸੱਚੀ ਤੇ ਸੁੱਚੀ ਤੇ ਖਰੀ। 7500 ਰੁਪਏ ਦਾ ਬੀਜ ਰਖਾਇਆ ਸੀ ਉਹਨਾਂ ਨੇ, ਮੈਨੂੰ ਕੱਲ੍ਹ ਗਾਂ ਦਿੰਦੇ ਨੇ, ਸਾਡੇ ਸੁਬਹਾ ਲਿਆ ਜੀ, ਮੈਨੂੰ ਪਤਾ ਸੁਬਹਾ ਇਹਨਾਂ ਨੇ ਬੇਈਮਾਨ ਹੋ ਜਾਣਾ, ਬੇਈਮਾਨ ਹੋ ਜਾਣਾ, ਮਾਸ਼ਾਅੱਲਾ। ਅੱਛਾ, ਤੂੰ ਗੱਬਣ ਉੱਥੋਂ ਪਾਸ ਕਰਕੇ ਲਿਆ, ਰਾਤ ਤੇਰੇ ਕੋਲ ਸੂਪ ਹੈ? ਰਾਤੀ ਮੇਰੇ ਕੋਲ ਸੂਪ ਹੀ, ਰਾਤੀ ਮੈਂ ਲੈ ਕੇ ਆਇਆ ਨੂੰ 8 ਵਜੇ ਤਕਰੀਬਨ, 8:30 ਵਜੇ। ਅੱਛਾ, ਮਾਸ਼ਾਅੱਲਾ, ਸੁਬਹਾ ਲਿਆ ਜੀ, ਮੈਂ ਕਿਹਾ ਨਹੀਂ ਨਹੀਂ ਬਣਾਉਣੇ ਲਈ ਜਾਣੀ, ਜਿਹੜਾ ਅੱਜ ਮੇਰਾ ਭਰਾ ਮੁੱਲ ਕਰਨਾ ਨਾ, ਮੁੱਲ ਮੁਫਤੀ ਸਾਰਿਆਂ ਨੂੰ, ਤੂੰ ਮੁੱਲ ਹੀ ਲੈ ਲੈਣਾ। ਮੈਂ ਵੱਛੀ, ਲੋਕ 2,10,000 ਮੁੱਲ ਮੰਗਣ ਵੀਡੀਓ 'ਤੇ, ਅੱਜ ਉਹ ਗੱਲ ਹੀ ਨਹੀਂ ਕਰਨੀ, ਪਸਮਾ ਹੋ ਗਿਆ ਤੇ ਵੱਛੀ ਪਿੱਛੇ ਕਰੋ, ਥਣ ਪਾਸ ਕਰਾਈਏ, ਪਸਮਾ ਲਾਟੂ ਥਾਣੇ, ਮਾਸ਼ਾਅੱਲਾ, ਮਾਸ਼ਾਅੱਲਾ। ਪਹਿਲਣ ਹੋ ਕੇ ਥਣ ਸੋਹਣਾ, ਮਾਸ਼ਾਅੱਲਾ, ਵੇਖ ਲੈਣ ਦੋਸਤ ਵੀਰ, ਸੋਹਣਾ ਥਣ ਮਾਸ਼ਾਅੱਲਾ ਵੈੜੀ ਦੇ ਕੋਲੇ, ਕਾਲਾ ਥਣ ਔਰ ਪੂਰੀਆਂ ਵਿਰਲਾਂ 'ਤੇ, ਮਾਸ਼ਾਅੱਲਾ। ਲੱਤ ਛੱਡ ਦਾ ਪਤਾ ਹੀ ਨਹੀਂ ਯਾਰ ਕਰਮ ਵਾਲੀ ਨੂੰ। ਅੱਛਾ, ਬੜੀ ਅਸੀਲ ਹੈ, ਮਾਸ਼ਾ, ਬੋਲਾ ਕੱਢੀਏ ਤਾਂ ਹੁਣ ਵੀ 4 ਕਿਲੋ ਕੱਢ ਦੇ ਕਿ ਮੈਂ ਆਣ, ਤੁਸੀਂ ਜਿਵੇਂ ਥਣ ਪਾਸ ਕਰਾ, ਕਿਉਂਕਿ ਤੂੰ ਆਉਣਾ ਵੀ ਮੈਂ ਪਹਿਲੇ ਚੁਆਈ ਕਰ ਲਈਏ, ਮਾਸ਼ਾਅੱਲਾ। ਇੱਕ ਇੱਕ ਥਣ ਦੀ ਆਵਾਜ਼ ਦੇ ਵੀ ਆ, ਕਿਹੜਾ ਕਿਹੜਾ ਥਣ ਹੈ ਦੋਸਤਾਂ ਵੀਰਾਂ ਨੂੰ ਪਤਾ ਲੱਗੇ, ਬਹਿਣੀਆਂ ਲਾਗਲਾ। ਹਾਂਜੀ, ਐਂ ਦੱਸ, ਤਸੱਲੀਆਂ ਹੁੰਦੀਆਂ ਨੇ ਮੇਰਾ ਐਨੀਮਲ ਟੀ ਵੀ 'ਤੇ। ਹਾਂਜੀ, ਮਾਸ਼ਾਅੱਲਾ, ਬਹਿਣੀਆਂ ਲਾਗਲਾ, ਅਨ ਬਹਿਣੀਆਂ ਲਾਗਲਾ। ਹਾਂਜੀ, ਸੋਹਣਾ ਬਹਿਣੀ ਵਾਲਾ ਪਿਛਲਾ, ਬਹਿਣੀ ਵਾਲਾ ਪਿਛਲਾ,
ਥਣ ਮੁੱਠ ਮੁੱਠ ਦਾ ਯਾਰ ਮਾਸ਼ਾਅੱਲਾ ਮੁੱਠ ਮੁੱਠ ਦਾ ਅਣਬਹਿਣੀ ਵਾਲਾ ਪਿਛਲਾ ਯਾਰ ਕੋਈ ਛੱਟਾ ਨਹੀਂ ਕੋਈ ਫਾਰ ਨਹੀਂ ਬੜਾ ਸੋਹਣਾ ਚੁਆ ਹੈ ਮੋਟਾ ਚੁਆ ਮਾਸ਼ਾਅੱਲਾ ਮੋਟੇ ਅੱਜ ਤਾਂ ਦੇ ਲਈ ਲੁੱਟ ਲਿਆ ਮਾਸ਼ਾਅੱਲਾ ਮੇਲਾ ਹੀ ਜਿੱਤ ਲਿਆ ਮਾਸ਼ਾਅੱਲਾ ਸੋਹਣਾ ਮਾਸ਼ਾਅੱਲਾ ਸੁੱਚੀ ਤੇ ਕਰੀ ਮੋਟਾ ਜੀ ਠੀਕ ਹੋ ਗਿਆ ਗੁੱਡ ਹੋ ਗਿਆ ਆ ਪਛਾੜੀ ਵੀ ਚੋ ਚਲੋ ਜੀ ਮਾਸ਼ਾਅੱਲਾ ਵੱਛੀ ਨੂੰ ਰਜਾ ਇਹ ਵੱਛੀ ਤਾਂ ਕੀਮਤੀ ਇਹਦੀ ਵੱਛੀ ਤਾਂ ਲੈਣੀ ਹੈ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਲੋ ਜੀ ਦੋਸਤੋ ਚੋਈ ਸੀ ਮੈਂ ਚੋਮਣੀ ਨਹੀਂ ਸੀ ਮੈਂ ਕਿਹਾ ਵੱਛੀ ਕੀਮਤੀ ਹੈ ਵੱਛੀ ਕੀਮਤੀ ਹੈ ਲੋ ਜੀ ਦੋਸਤੋ ਗਾਏ ਦੀ ਨਸਲ ਚੈੱਕ ਕਰਨੀ ਹੈ ਅਤੇ ਚੋਲਸਤਾਨੀ ਕਰਾਸ ਫਿਰ ਜਨਾਬ ਪੈਰਾਂ ਦੇ ਨਾਹਨਾਂ ਤੋਂ ਲੈ ਕੇ ਕੰਢ ਤੱਕ ਗਾਏ ਦਾ ਜਿਸਮ ਵੇਖਣਾ ਕਿਤਨਾ ਖੂਬਸੂਰਤ ਹੈ ਔਰ ਰੰਗ ਵੇਖਣਾ ਉਸ ਤੋਂ ਬਾਅਦ ਜਨਾਬ ਥਣ ਵੇਖਣਾ ਵੀ ਪਹਿਲਣ ਹੋ ਕੇ ਥਣ ਕਿਤਨਾ ਲਾਜਵਾਬ ਹੈ ਫਿਰ ਹਵਾਨਾ ਲਿਬਾਸ ਵੇਖਣਾ ਬਰਤਨ ਵੇਖਣਾ ਜਿਹੜਾ ਅੱਲਾਹ ਤਾਲਾ ਨੇ ਭਾਂਡਾ ਲਾਇਆ ਗਾਏ ਨੂੰ ਫਿਰ ਫੇਸ ਕੁਆਲਿਟੀ ਵੇਖਣੀ ਹੈ ਗਾਏ ਨੂੰ ਬੂਥੀ ਕਿੱਡੀ ਸੋਹਣੀ ਹੈ ਚੋਲਸਤਾਨੀ ਝਾਲਰ ਵੇਖਣੀ ਹੈ ਅਤੇ ਫਿਰ ਜਨਾਬ ਹੈ ਹਾਂਜੀ ਫਿਰ ਜਨਾਬ ਪਿੱਛੇ ਜਿਹੜੀ ਵੱਛੀ ਹੈ ਵੱਛੀ ਵੇਖ ਲੈਣ ਦੋਸਤ ਵੀਰ ਇੱਕ ਦੀਆਂ ਦੋ ਗਾਵਾਂ ਅਤੇ ਅੱਜ ਦੀ ਕੀਮਤ ਵੇਖ ਲੈਣੀ ਹੈ ਵੀ ਤੁਹਾਡਾ ਵੀਰ ਮੁਹੰਮਦ ਅਫਜ਼ਲ ਮੇਰਾ ਐਨੀਮਲ ਟੀ ਵੀ 'ਤੇ ਮੁੱਲ ਕਿੰਨਾ ਕਰਵਾਉਂਦਾ ਹੈ ਅੱਜ ਮੁੱਲ ਨਹੀਂ ਹੋਣਾ ਮੁਨਾਸਿਬ ਰੇਟ ਹੋਣਾ ਅੱਲਾਹ ਦੇ ਫਜ਼ਲ ਦੇ ਨਾਲ ਹੁਣ ਜਨਾਬ ਮੋਟਾ ਜੀ ਨਾਲ ਕਰਨੇ ਆ ਗੱਲ ਇਹਦੇ ਰੇਟ ਦੀ ਆਓ ਜੀ ਮੋਟਾ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਭਾਈ ਅੱਲਾਹ ਪਾਕ ਦਾ ਸ਼ੁਕਰ ਠੀਕ ਠਾਕ ਕਰਮ ਅੱਲਾਹ ਅੱਛਾ ਮੇਰਾ ਭਰਾ ਜੀ ਪਹਿਲੇ ਵੀ ਦੋਸਤਾਂ ਮੇਰਾ ਦੱਸ ਦਿੱਤਾ ਹੈ ਅਤੇ ਤੂੰ ਵੀ ਤਸੱਲੀ ਨਾਲ ਦੱਸ ਦੇ ਜਿਸ ਤਰ੍ਹਾਂ ਇਹ ਰਾਤ 12 ਵਜੇ ਸੂਈ ਸਾਰੀ ਕਹਾਣੀ ਸੁਣਾ ਦੇ ਦੋਸਤਾਂ ਮੇਰਾ ਨੂੰ ਇਹ ਤਕਰੀਬਨ ਭਾਈ ਜਾਨ 12 ਵਜੇ 12:30 ਵਜੇ ਸੂਈ ਹੈ ਹਾਂਜੀ 3:15 ਵਜੇ ਨੇ ਜੇਰ ਪਾ ਲਈ ਠੀਕ ਹੋ ਗਿਆ ਵੱਛੀ ਸੀ ਮੈਂ ਕਿਹਾ ਸਫ਼ਰ 'ਚ ਗਾਂ ਆਈ ਹੈ ਤੈਨੂੰ ਵੱਛੀ ਰਜਾਈ ਮੈਂ ਮੋਹਰਾ ਕੱਢਿਆ 6-6.5 ਕਿਲੋ ਮੈਂ ਠੀਕ ਹੋ ਗਿਆ ਵੱਛੀ ਨੂੰ ਤੂੰ ਉਦੋਂ ਰਜਾ ਦਿੱਤਾ ਵੱਛੀ ਨੂੰ ਰਜਾ ਤਾਂ ਵੱਛੀ ਰੱਜੀ ਤੇ ਭੱਜੀ ਫਿਰਦੀ ਠੀਕ ਹੋ ਗਿਆ ਹੁਣ ਹੈ ਜੀ 7:15 ਦਾ ਟਾਈਮ ਹਾਂਜੀ 7:15 ਠੀਕ ਹੈ ਮਤਲਬ ਰਾਤ ਨੂੰ ਚਵਾਈ ਹੋ ਗਈ ਸੀ ਹਾਂਜੀ ਹੁਣ ਥਾਣੀ ਪਾਸ ਕਰਾਣੇ ਸੀ ਖਾਣ ਪਾਸ ਡੈਡੀ ਬਿਲਕੁਲ ਸੁੱਚੀ ਬਿਲਕੁਲ ਖਰੀ ਖਰੀ ਹੈ ਕਰਮਾ ਗਰੰਟੀ ਵਾਲੀ ਗਰੰਟੀ ਵਾਲੀ ਮਾਸ਼ਾਅੱਲਾ ਡਿਲੀਵਰੀ ਮੁਕੰਮਲ ਹੋ ਗਈ ਜੇਰ ਵਹਾਤੀ ਦੋਸਤਾਂ ਮੇਰਾ ਨੂੰ ਜੇਰ ਪਾ ਲਈ ਹੈ ਮਾਸ਼ਾਅੱਲਾ ਠੀਕ ਹੋ ਗਿਆ ਅੱਛਾ ਡੈਡੀ ਅੱਲਾਹ ਦੇ ਘਰ 'ਚ ਕਿੰਨੀ ਉਮੀਦ ਹੈ ਕਿਉਂਕਿ ਪਹਿਲਾਂ ਨੇ ਹਾਂਜੀ ਕਿੰਨਾ ਕੁ ਦੁੱਧ ਕੀਤੀ ਰੱਖੇਗੀ ਜਿਹੜੀ ਪੱਕੀ ਮਨਾਸਬ ਭਾਈ ਗੱਲ ਪਤਾ ਕੀ ਹਾਂਜੀ ਦੁੱਧ ਪੁੱਟ ਨਸੀਬ ਦਾ ਜੀ ਬਿਲਕੁਲ ਦੁੱਧ ਪਾਏ ਦਾ ਹੁੰਦਾ ਦੁੱਧ ਪਾਏ ਦਾ ਐਵੇਂ ਲੋਕ ਵੀਡੀਓ ਤੇ ਕਹਿੰਦੇ ਰਹਿੰਦੇ 20 ਕਿਲੋ ਦੇਵੇਗੀ 25 ਕਿਲੋ ਦੇਵੇਗੀ ਅਫਜ਼ਲ ਭਾਈ ਉਹਨਾਂ ਨੇ ਮੈਨੂੰ ਕਿਹਾ ਸਾਡੀ ਨਸਲ 12-13 ਲੀਟਰ ਪਹਿਲੇ ਸੂਏ ਦੁੱਧ ਦੇ ਦਿੰਦੀ 12-13-14 ਲੀਟਰ ਬਸ ਲੇਕਿਨ ਇਹ ਵੈੜੀ 12 ਤੇ ਜਾਏਗੀ ਇਨਸ਼ਾਅੱਲਾ ਜਾਏਗੀ ਆਪਣੀ ਗਰੰਟੀ ਹੋਵੇਗੀ ਇਸ ਗੱਲ ਦੀ ਜੋ ਨਜ਼ਰ ਆ ਹਾਂਜੀ ਜੋ ਨਜ਼ਰ ਬਾਕੀ ਦੁੱਧ ਪਾਏ ਦੁੱਧ ਪਾਏ ਦਾ ਦੁੱਧ ਪਾਏ ਦਾ ਬਾਕੀ ਸਾਡੀ ਗਰੰਟੀਆਂ ਐਬ ਵਾਲਾ ਜਾਨਵਰ ਨਹੀਂ ਹੋਏਗਾ ਨਹੀਂ ਹੋਏਗਾ ਖਰਾ ਹੋਏਗਾ ਖਰਾ ਹੋਏਗਾ ਸੁੱਚਾ ਹੋਏਗਾ ਅਸੀਂ ਆਪਣੀ ਰਾਤ ਦੀ ਅਫਜ਼ਲ ਭਾਈ ਗਰੰਟੀ ਦੇ ਠੀਕ ਹੋ ਗਿਆ ਬੜੀ ਮਿਹਰਬਾਨੀ ਇਹਦਾ ਨਾ ਜਿਹੜਾ ਅੱਜ ਦਾ ਮੁੱਲ ਹੈ ਨਾ ਮੁਨਾਸਬ ਪਿਆਰ ਮੁਹੱਬਤ ਵਾਲਾ ਬਸ ਹੋਗਾ ਮੁੱਲ ਅਫਜ਼ਲ ਭਾਈ ਤੁਸੀਂ ਆਉਣਾ ਹੀ ਮੁਨਾਸਬ ਕਰ ਮੁਨਾਸਬ 1,65,000 1,65,000 ਹੋਰ ਮੁਹੱਬਤਾਂ ਕਰ ਹੋਰ ਫਿਰ ਅਫਜ਼ਲ ਭਾਈ ਕਰ ਦੇ ਕਰਾਉਣਾ 5,000 ਛੱਡ ਦਿਆਂਗੇ 5,000 ਹੋਰ ਛੱਡ ਹੋਰ ਛੱਡ ਦੇਗੇ 1,60,000 1,60,000 ਹੋ ਗਿਆ ਕਿਆ ਬਾਤ ਹੈ ਜਨਾਬ ਸ਼ੁਕਰੀਆ ਬੜਾ ਬੜਾ ਸ਼ੁਕਰੀਆ ਜਨਾਬ ਤੇਰੇ ਪਿਆਰ ਦਾ ਕਿਉਂਕਿ ਦੋਸਤ ਵੀਰ ਤੈਨੂੰ ਚਾਹੁੰਦੇ ਨੇ ਪਿਆਰ ਕਰਦੇ ਨੇ ਤੇਰੇ ਨਾਲ ਤੇ ਤੂੰ ਵੀ ਉਹਨਾਂ ਦੀ ਮੁਹੱਬਤ ਹੈ ਜਿਹੜੀਆਂ ਸਮੇਟਦਾ ਪਿਆ ਮੁੱਲ ਜਿਹੜਾ ਅਗਰ ਸੋਨਾ ਤਾਂ ਸੁੱਚਾ ਅਫਜ਼ਲ ਦੇ ਐਨੀਮਲ ਟੀਵੀ ਤੇ ਹੋਰ ਕਿਸੇ ਚੈਨਲ ਤੇ ਵੈੜੀ ਹੋਵੇ 2,00,000 ਰੁਪਏ ਦੇ ਜੈਸੀ ਬੱਚੇ ਇਸੇ ਤਰ੍ਹਾਂ ਲੋ ਜੀ ਦੋਸਤੋ 1,60,000 ਰੁਪਇਆ ਅੱਜ ਦੀ ਗਾਏ ਦਾ ਅੱਜ ਦੇ ਤੋਹਫੇ ਦਾ ਮੁੱਲ ਹੈ ਇਹ ਮੁੱਲ ਨਹੀਂ ਮੋਟੇ ਨੇ
ਸਾਡੇ ਵੀਰ ਨੇ ਆਪਣੇ ਦੋਸਤਾਂ ਵੀਰਾਂ ਦੀਆਂ ਚਾਹਤਾਂ ਸਮੇਟਣ ਵਾਸਤੇ ਮੁੱਲ ਕਰਾਇਆ 160,000 ਰੁਪਇਆ। ਬਾਕੀ ਸੋਨਾ ਲੈਣਾ ਤੇ ਮੇਰਾ ਐਨੀਮਲ ਟੀਵੀ ਤੋਂ ਲੈਣਾ, ਪਿੱਤਲ ਲੈਣਾ ਤੇ ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ, ਇਹ ਆਵਾਜ਼ ਹੈ ਮੇਰਾ ਐਨੀਮਲ ਟੀਵੀ ਦੀ। ਮਿਆਰ ਵੇਖੀਦਾ, ਮਿਆਰ ਤੋਂ ਪਿੱਛੇ ਨਹੀਂ ਹਟੀਦਾ, ਮਿਆਰ ਤੇ ਕੰਮ ਕਰੀਦਾ, ਮਿਆਰ ਤੇ ਕੰਮ ਕਰਨ ਵਾਲਿਆਂ ਦੇ ਨਾਲ ਅੱਲਾ ਹੁੰਦਾ, ਅੱਲਾ ਦੇ ਫਜ਼ਲ ਦੇ ਨਾਲ। ਬਾਕੀ ਗਾਏ ਫਿਰ ਦਿਖਾ ਦਿਓ, ਦੀਦਾਰ ਕਰਾ ਦਿਓ, ਦੰਦ ਵੀ ਦਿਖਾ ਦਿਓ। ਗੁੱਡ ਮੋਟਾ ਜੀ, ਜਿਹੜੀ ਗੱਲ ਮੈਂ ਭੁੱਲ ਜਾਂਦਾ ਉਹ ਦੱਸਣਾ ਤੇਰਾ ਫਰਜ਼ ਹੈ। ਦੰਦ ਵੀ ਦਿਖਾਉਂਦੇ ਹਾਂ, ਦੰਦ ਵੀ ਦਿਖਾ ਮਾਸ਼ਾਅੱਲਾ। ਤਸੱਲੀਆਂ ਕਰ ਲਈਆਂ ਨੇ ਹਰ ਗੱਲ ਦੀਆਂ। ਬਾਕੀ ਜਨਾਬ ਜ਼ਿੰਦਗੀ ਨੇ ਵਫਾ ਕੀਤੀ ਤੇ ਫਿਰ ਮਿਲਾਂਗੇ ਇੱਕ ਅੱਛੀ ਵੀਡੀਓ ਅੱਛੀ ਗਾਏ ਦੇ ਨਾਲ। ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।